ਤਾਤਾ ਤੇ ਭਗਤ ਸੂਰਮੇ ਜਾਂਦੇ ਜਗ ਰਹਿੰਦੇ ਨੇ, ਫਕਰਾਂ ਦੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ, ਪੀਰਾਂ ਫਕੀਰਾਂ ਦੀ ਦਰਗਾਹ 'ਤੇ ਰੱਬ ਵਰਗੀਆਂ ਰੂਹਾਂ ਇਕੱਠੀਆਂ ਹੋਈਆਂ, ਅਤੇ ਸਾਡੇ ਮੇਲਾ ਮੇਲਿਆਂ ਦੇ ਪ੍ਰੋਗਰਾਮ ਨੂੰ ਆਪਣੇ ਚਰਨਾਂ ਵਿੱਚ ਥੋੜ੍ਹੀ ਜਿਹੀ ਥਾਂ ਦੇ ਕੇ ਸਾਡਾ ਹੌਸਲਾ ਵਧਾਇਆ। ਪੀਰ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਦੇਵੇ, ਸਾਰੇ ਭੈਣ ਭਰਾ ਖੁਸ਼ ਰਹਿਣ। ਬਹੁਤ ਬਹੁਤ ਮਿਹਰਬਾਨੀ, ਬੜਾ ਮਾਣ ਸਤਿਕਾਰ ਪਿਆਰ ਬਖਸ਼ਿਆ। ਇੱਕ ਧਾਰਮਿਕ ਗੀਤ, ਉਸ ਤੋਂ ਬਾਅਦ ਇੱਕ ਸੋਲੋ, ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ ਲਗਾਤਾਰ। ਜਿਨ੍ਹਾਂ ਦੀ ਬਦੌਲਤ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਮੁੱਖ ਸੇਵਾਦਾਰ ਬਾਬਾ ਲਖਵਿੰਦਰ ਸਿੰਘ ਜੀ ਔਰ ਸਾਰੀ ਕਮੇਟੀ, ਸਾਡੇ ਬਾਈ ਦਵਿੰਦਰ ਸਹੋਤਾ ਜੀ, ਇਹਨਾਂ ਦੀ ਬਹੁਤ ਦੇਣ ਹੈ ਸਾਰੇ ਕਲਾਕਾਰਾਂ ਨੂੰ ਇਕੱਠੇ ਕਰਨ ਵਾਸਤੇ। ਸੈਕਟਰੀ ਸਾਹਿਬ ਸਾਡੇ ਔਰ ਸਾਰੇ ਜਿੰਨੇ ਵੀ ਕਮੇਟੀ ਮੈਂਬਰ ਨੇ ਔਰ ਸਾਰੇ ਨਗਰ ਵਾਲੇ, ਜੋ ਵੀ ਤਿਲ ਫੁੱਲ ਇਕੱਠਾ ਕਰਕੇ ਲਾਇਆ ਪੀਰ ਪਾਤਸ਼ਾਹ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਦੇਵੇ। ਬਸ ਠੀਕ ਆ, ਬਾਕੀ ਗੱਲ ਆਪਾਂ ਕਰਾਂਗੇ ਬਾਅਦ 'ਚ। ਸਾਡਾ ਵੱਡਾ ਵੀਰ ਰੈਂਬੋ, ਰੈਂਬੋ ਰੈਂਬੋ ਦਾ ਦਰਸ਼ਨ ਕਦੇ ਕਦੇ ਹੁੰਦੇ ਆ ਤਾਂ ਬਹੁਤ ਵਧੀਆ ਆਪਰੇਟਰ ਨੇ, ਔਰ ਸਾਡੇ ਵੱਡੇ ਬਾਈ ਜੀ ਜੋ ਮੇਲਾ ਮੇਲਿਆਂ ਦੇ ਸਾਰੀ ਟੀਮ ਨੂੰ ਢੱਕ ਕੇ ਰੱਖੀ ਬੈਠੇ ਆ, ਸਾਡੇ ਵੱਡੇ ਵੀਰ ਬਾਈ ਨਿਰਮਲ ਸਾਧਾ ਵਾਲੀਆ ਜੀ ਔਰ ਤੁਸੀਂ ਸਾਰੇ ਭਰਾ ਲਓ ਜੀ। ਫੂਕਣ ਲੋਥਾਂ ਮੁਸਲਮਾਨ ਨੇ ਦੱਬਦੇ, ਸਿਵੇ ਤੇ ਕਬਰਾਂ ਲੋਥਾਂ ਦੇ ਨਾਲ ਨਹੀਂ ਮੂਰਖਾ ਰੱਜਦੇ। ਸਿੱਖ ਅੱਗ ਲਾ ਕੇ ਫੂਕਣ ਲੋਥਾਂ ਮੁਸਲਮਾਨ ਨੇ ਦੱਬਦੇ, ਸਿਵੇ ਤੇ ਕਬਰਾਂ ਲੋਥਾਂ ਦੇ ਨਾਲ ਨਹੀਂ ਮੂਰਖਾ ਰੱਜਦੇ। ਕੱਲੇ ਆਏ ਸੱਦੇ ਉੱਠ ਗਏ ਜਿਸ ਮਾਲਕ ਨੇ ਕੱਲੇ, ਵਾਹ ਮਿੱਟੀ ਦਿਆ ਵਾਹ ਮਿੱਟੀ ਦਿਆ, ਪੁੱਤਾ ਹੋਏ ਕਦੇ ਉੱਤੇ ਮਿੱਟੀ ਦੇ ਕਦੇ ਥੱਲੇ, ਵਾਹ ਮਿੱਟੀ ਦਿਆ ਪੁੱਤਾ ਹੋਏ ਕਦੇ ਉੱਤੇ ਮਿੱਟੀ ਦੇ ਕਦੇ ਥੱਲੇ। ਪੱਕੇ ਮੌਤ ਟਾਈਮ ਨਾ ਟੱਪ
ਲੱਭਣ ਦਿੰਦੀ ਨਾ ਵੇਖੇ ਕੱਚੇ ਪੱਕੇ ਕਾਲ ਜਨਾਂ ਦੇ ਬੰਨਿਆ ਪੱਲੇ ਕਾਲ ਜਨਾਂ ਦੇ ਬੰਨਿਆ ਪੱਲੇ ਰਾਵਣ ਵਰਗੇ ਚੱਲੇ ਵਾਹ ਮਿੱਟੀ ਦਿਆ ਵਾਹ ਮਿੱਟੀ ਦਿਆ ਬੁੱਤਾ ਹੋਏ ਕਦੇ ਉੱਤੇ ਮਿੱਟੀ ਦੇ ਕਦੇ ਕਦੇ ਉੱਤੇ ਮਿੱਟੀ ਦੇ ਕਦੇ ਥੱਲੇ ਉਹ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਗੁਰੂ ਨਾਨਕ ਜੀ ਸਭਨਾਂ ਨੂੰ ਫਰਮਾਉਂਦੇ ਪੁੰਨ ਦਾਨ ਤੇ ਨਾਮ ਹੀ ਜਪਿਆ ਅੰਤ ਸਮੇਂ ਕੰਮ ਆਉਂਦੇ ਹੋ ਗੁਰਬਾਣੀ ਵਿੱਚ ਗੁਰੂ ਨਾਨਕ ਜੀ ਸਭਨਾਂ ਨੂੰ ਫਰਮਾਉਂਦੇ ਪੁੰਨ ਦਾਨ ਤੇ ਨਾਮ ਹੀ ਜਪਿਆ ਅੰਤ ਸਮੇਂ ਕੰਮ ਆਉਂਦੇ ਖਿਆਲੀ ਵਾਲਿਆ ਮੌਤ ਦਾ ਖੰਜਰ ਸਦਾ ਹੀ ਸਿਰ ਤੇ ਚੱਲੇ ਵਾਹ ਮਿੱਟੀ ਦਿਆ ਵਾਹ ਮਿੱਟੀ ਦਿਆ ਪੁੱਤਾ ਹੋਏ ਕਦੇ ਉੱਤੇ ਮਿੱਟੀ ਦੇ ਕਦੇ ਉੱਤੇ ਮਿੱਟੀ ਦੇ ਕਦੇ ਥੱਲੇ ਵਾਹ ਵਾਹ ਮਿੱਟੀ ਦਿਆ ਪੁੱਤਾ ਹੋਏ ਕਦੇ ਉੱਤੇ ਮਿੱਟੀ ਦੇ ਕਦੇ ਥੱਲੇ 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 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਆਪਦੀ ਆਪ ਤਾੜੀ ਮਾਰੀ ਤੁਹਾਡਾ ਦਿਲੋਂ ਧੰਨਵਾਦ ਹੈ ਤੁਸੀਂ ਮੇਰੇ ਆਪਣੇ ਭੈਣ ਭਰਾ ਹੋ ਜੇ ਸਮਝ ਨਾ ਆਵੇ ਸਪੀਕਰਾਂ ਦਾ ਖੜਕਾ ਵੱਧ ਜਾਂ ਘੱਟ ਕੰਨਾਂ 'ਚ ਵੱਜੇ ਗੱਲ ਮੁੱਕੀ ਵੀ ਸਵਾਦ ਜਾਂ ਨਾ ਆਇਆ ਤਾਂ ਮੈਨੂੰ ਦੱਸ ਦਿਓ ਜਿਹੜੀ ਚੀਜ਼ ਵੱਧ ਵੱਜਦੀ ਹੋਈ ਆਪਾਂ ਉਹਨੂੰ ਘਟਾ ਦੇਣਾ ਓਕੇ ਆ ਸਲੂਟ ਆ ਬਾਈ ਤੁਹਾਨੂੰ ਜੀ ਬਸ ਮੇਰੇ ਵੱਲੋਂ ਇੱਕ ਬੇਨਤੀ ਹੈ ਨਗਰ ਵੀ ਸਾਰਾ ਖੜਾ ਹੈ ਵੀ ਆਉਂਦੀ ਵਾਰ ਨੂੰ ਸੰਗਤ ਪੀਰ ਪਾਤਸ਼ਾਹ ਹੋਰ ਵਧਾ ਦੇ ਅਤੇ ਕਿਤੇ ਸਟੇਜ ਹੈਦਰ ਨੂੰ ਨਾ ਲੈ ਜਿਓ ਕਿਉਂਕਿ ਇੱਕ ਸੌ ਦੋ ਗੱਲ ਮੁੜ ਕੇ ਉਹ ਬਣ ਜਾਂਦੀ ਵੀ ਭੀੜਿਆਂ ਘਰਾਂ ਦੇ ਤਰਲੇ ਅਤੇ ਬੱਕਰੀ ਦੀ ਪਹਿਣ ਪੁੱਛਦੇ ਕਿਉਂਕਿ ਜੇ ਆਪਾਂ ਹੁਣ ਬਾਜ਼ਾਰ ਦੇ ਵਿੱਚ ਪੰਗਾ ਲਵਾਂਗੇ ਤਾਂ ਤੁਸੀਂ ਆਪ ਹੀ ਸਿਆਣੇ ਹੋ ਹੈ ਨਾ ਇਸ ਕਰਕੇ ਚਲੋ ਪੀਰ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਬਾਬਿਆਂ ਦਾ ਦਿਨ ਮਨਾਉਂਦੇ ਹਾਂ ਆਪਾਂ ਬਾਬਿਆਂ ਦਾ ਆਸ਼ੀਰਵਾਦ ਲੈ ਕੇ ਭਾਵੇਂ ਕਿਸੇ ਖੁੱਲ੍ਹੇ ਪੇਟ 'ਚ ਹੀ ਰੱਖ ਲਈਏ ਸਾਰਿਆਂ ਨੂੰ ਸੌਖਾ ਹੋ ਜਾਊਗਾ ਨਹੀਂ ਤਾਂ ਆਪਾਂ ਸਾਰੇ ਟਾਈਟ ਜੇ ਖੜ੍ਹੇ ਹਾਂ ਕੋਈ ਉੱਧਰ ਦੀ ਲੰਘਦਾ ਮਗਰ ਸ਼ਟਰ ਦੇ ਨਾਲ ਘਸ ਜਾਂਦਾ ਕੋਈ ਕਿਸੇ ਦੇ ਨਾਲ ਇਹ ਤੁਸੀਂ ਸਮਝਦਾਰ ਹੋ ਸਰ ਲਓ ਬਈਆ ਦੁਨੀਆਂ ਤਾਂ ਜੱਗ ਉੱਤੇ ਵਸਦੀ ਬਥੇਰੀ ਆ
ਵਾਲੀ ਸਾਂਝ ਤੇਰੀ ਮੇਰੀ ਪੁੱਤ ਹੌਲੀ ਰੱਖ ਕਾਲ ਸਾਰਿਆਂ ਨੂੰ ਅੱਗੇ ਧਰਨਾ ਲੱਗਿਆ ਪਿਆ ਛੇਤੀ ਨਹੀਂ ਜਾਣ ਦੇਣਾ ਉਹਨਾਂ ਨੇ ਜਹਾਨ ਸੱਜਣਾ ਵੇ ਸਾਡਾ ਤੇਰੇ ਨਾਲ ਵਸਦਾ ਤੇਰੇ ਨਾਲ ਵਸਦਾ ਜਹਾਨ ਸੱਜਣਾ ਵੇ ਸਾਡਾ ਤੇਰੇ ਨਾਲ ਵਸਦਾ ਤੇਰੇ ਜਿਨ ਖਿਆਲ ਯਾਰਾ ਰੱਖੀ ਦਾ ਨੀ ਆਪਦਾ ਤੂੰ ਖੁਸ਼ ਹੋਵੇ ਸਾਨੂੰ ਦਾਤਾ ਖੁਸ਼ ਜਾਪਦਾ ਜਾਂਦੇ ਦਿਲ ਵਾਲੇ ਮਿਲ ਜਾਂਦੇ ਸੱਚੀ ਜਿਹੜਾ ਵੇ ਸਾਡਾ ਤੇਰੇ ਨਾਲ ਪੋਤੇ ਵਾਲੇ ਆਵੇ ਲੋਕੀ ਸਰਦੇ ਨਾ ਪਿਆਰ ਨੂੰ ਛੱਡ ਕੇ ਨਾ ਜਾਈ ਮੇਰੇ ਕਮਲੇ ਬਰਾੜ ਨੂੰ ਕਮਲੇ ਬਰਾੜ ਨੂੰ ਤੇਰੇ ਉੱਤੇ ਮੈਨੂੰ ਮੇਰੇ ਉੱਤੇ ਤੈਨੂੰ ਤੇਰੇ ਉੱਤੇ ਰੱਬ ਜਿੱਡਾ ਮਾਣ ਸੱਜਣਾ ਵੇ ਸੱਚ ਤੇਰੇ ਨਾਲ ਜਿਓ ਹੱਥ ਇੱਧਰ ਮੋਦੀ ਬੰਨੀ ਹੋ ਗਿਆ ਸੀਗਾ ਇਹਦੇ ਨਾਲ ਕਹਿੰਦਾ ਜਹਾਨ ਵਸਦਾ ਇਹਦਾ ਜਹਾਨ ਯਾਰੀ ਬੈਠਾ ਯਾਰ ਚੱਲ ਕੋਈ ਨੀ ਗਲਤੀ ਨਾ ਮਾਫ਼ ਕਰੇ ਬਾਬਾ ਆਜਾ ਸਾਡਾ ਤੇਰੇ ਨਾਲ ਵਸਦਾ ਜਹਾਨ ਸੱਜਣਾ ਵੇ ਸਾਡਾ ਤੇਰੇ ਨਾਲ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਮੇਰੇ ਵੀਰ ਨਿੱਕੀ ਕਿਆ ਬਾਤ ਹੈ ਥੈਂਕਸ ਮਿਹਰਬਾਨੀ ਸੋ ਪਿਆਰ ਦਾ ਸਬੂਤ ਤਾੜੀਆਂ ਸੋ ਇਸ ਦੇ ਨਾਲ ਹੀ ਦੁਗਾਣਿਆਂ ਦੇ ਬਾਦਸ਼ਾਹ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਢੇਰ ਸਾਰਾ ਪਿਆਰ ਢੇਰ ਸਾਰਾ ਮਾਣ ਬਖਸ਼ਿਆ
ਸੋ ਮੈਂ ਗੁਜ਼ਾਰਿਸ਼ ਕਰਾਂ, ਸੱਜਰੀ ਲਿਖੀ ਕੁਆਲੀ ਵਰਗੀ, ਫੁੱਲਾਂ ਲੱਦੀ ਡਾਲੀ ਵਰਗੀ, ਖੇਤਾਂ ਦੀ ਖੁਸ਼ਹਾਲੀ ਵਰਗੀ, ਦਿਨ ਚੜ੍ਹਦੇ ਦੀ ਲਾਲੀ ਵਰਗੀ, ਉਹ ਪੰਜਾਬ ਨੂੰ ਮੁਟਿਆਰ। ਸੋ ਮੇਰੀ ਮੁਰਾਦ ਮੈਡਮ ਕਰਨਪ੍ਰੀਤ ਜੀ। ਬਾਬਾ ਲਖਵਿੰਦਰ ਸਿੰਘ ਜੀ ਆਪਣੇ ਵਿੱਚ ਵਿਰਾਜਮਾਨ ਨੇ, ਔਰ ਸਾਡੇ ਸਹੋਤਾ ਸਾਹਿਬ ਵੀ, ਸਾਰੇ ਲੈ ਲਓ ਜੀ, ਸਾਰੇ ਲੈ ਲਓ। ਸੋ ਬਰਾੜ ਸਾਹਿਬ ਥੈਂਕ ਯੂ ਜੀ। ਸੋ ਸਾਡੇ ਗੱਦੀ ਨਸ਼ੀਨ ਬਾਬਾ ਲਖਵਿੰਦਰ, ਸਾਡੇ ਗੱਦੀ ਨਸ਼ੀਨ ਬਾਬਾ ਲਖਵਿੰਦਰ ਸ਼ਾਹ ਜੀ, ਹੁਣ ਸਾਡੇ ਜਿਹੜੇ ਕਲਾਕਾਰ ਆ ਛਿੰਦਾ ਬਰਾੜ ਜੀ ਅਤੇ ਮੈਡਮ ਜੀ, ਇਹਨਾਂ ਨੂੰ ਸਨਮਾਨਿਤ ਕਰਨਗੇ। ਮੈਂ ਬੇਨਤੀ ਕਰਾਂਗਾ, ਜਿਹੜੇ ਮੇਰੇ ਪੁਰਾਣੇ ਸਾਥੀ ਮੇਲਾ ਮੇਲੀਆਂ ਦੇ ਪ੍ਰੋਡਿਊਸਰ, ਅਸੀਂ ਡੀਡੀ ਪੰਜਾਬੀ ਦੇ ਬਹੁਤ ਦੇਰ ਇਹਨਾਂ ਦੇ ਨਾਲ ਕੰਮ ਕੀਤਾ, ਮੈਂ ਗੁਜ਼ਾਰਿਸ਼ ਕਰਾਂਗਾ ਨਿਰਮਲ ਸਿੰਘ ਸਾਧਾ ਵਾਲੀਆ, ਉਹ ਵੀ ਸਟੇਜ 'ਤੇ ਪਹੁੰਚਣ, ਉਹਨਾਂ ਨੂੰ ਵੀ ਜਿਹੜਾ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਉਸ ਤੋਂ ਬਾਅਦ ਆ ਛਿੰਦਾ ਬਰਾੜ ਜਿਹੜੀ ਗਾਇਕ ਜੋੜੀ ਆ ਨਾ, ਇਹਨਾਂ ਨੇ ਸਾਰਿਆਂ ਨੂੰ ਖੁਸ਼ ਕਰਕੇ ਜਾਣਾ। ਤੁਸੀਂ ਕਹਿਣਾ ਕਿ ਵਾਕਈ ਛਿੰਦਾ ਬਰਾੜ ਜੀ, ਅਸੀਂ ਤੁਹਾਨੂੰ ਇੱਕ ਵਾਰੀ ਫੇਰ ਬੁਲਾਵਾਂਗੇ। ਸੋ ਬਹੁਤ ਵਧੀਆ ਇਹ ਜੋੜੀ ਆ। ਸੋ ਇਹਨਾਂ ਦਾ ਸਨਮਾਨ ਜਿਹੜਾ ਹੈ ਉਹ ਲਖਵਿੰਦਰ ਸ਼ਾਹ ਜੀ, ਗੱਦੀ ਨਸ਼ੀਨ ਬਾਬਾ ਘੋੜੇ ਸ਼ਾਹ ਜੀ ਅਤੇ ਉਹਨਾਂ ਦੇ ਨਾਲ ਬਾਬਾ ਮੰਗਾ ਜੀ ਅਤੇ ਆਮ ਆਦਮੀ ਪਾਰਟੀ ਆਗੂ ਟੇਲਰ ਜੰਗਾ ਜੀ, ਠੀਕ ਹਾਂਜੀ। ਸੋ ਗਰੁੱਪ ਫੋਟੋ ਕਰ ਲਿਓ, ਆਪਾਂ ਅਖਬਾਰ ਨੂੰ ਦੇਣੀ ਯਾਰ ਆ, ਮੇਰੇ ਮੋਬਾਈਲ ਨਾਲ ਕਰ ਲਿਓ। ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਪ੍ਰੋਡਿਊਸਰ ਸਾਹਿਬ ਮੇਲਾ ਮੇਲੀਆਂ ਦੇ ਨਿਰਮਲ ਸਿੰਘ ਜੀ ਸਾਧਾਂ ਵਾਲੀ ਆ, ਉਹ ਵੀ ਅੱਗੇ ਆਉਣ ਆਪਣਾ ਸਨਮਾਨ ਚਿੰਨ੍ਹ ਲੈਣ। ਸੋ ਪਲੀਜ਼ ਕਮ ਸਰ ਜੀ, ਕਮ ਆਉਣ। ਪਹਿਲਾਂ ਬਾਬਾ ਜੀ ਪ੍ਰੋਡਿਊਸਰ ਸਾਹਿਬ ਦਾ ਜਿਹੜਾ ਸਨਮਾਨ ਕਰੋ। ਗੱਦੀ ਨਸ਼ੀਨ ਬਾਬਾ ਲਖਵਿੰਦਰ ਸ਼ਾਹ ਜੀ, ਸਾਡੇ ਮੇਲਾ ਮੇਲੀਆਂ ਦੇ ਪ੍ਰੋਡਿਊਸਰ ਸਰਦਾਰ ਨਿਰਮਲ ਸਿੰਘ ਜੀ ਸਾਧਾਂ ਵਾਲੀਆ ਦਾ ਸਨਮਾਨਿਤ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਬਾਕੀ ਮਿਸ ਜੋਤੀ ਜੀ, ਉਹ ਵੀ ਆਪਣਾ ਸਨਮਾਨ ਚਿੰਨ੍ਹ ਲੈਣ। ਮਿਸ ਰਮਨ ਜੀ ਅਤੇ ਸਾਡੇ ਸਟੇਟ ਸੈਕਟਰੀ, ਉਹ ਵੀ ਸਨਮਾਨ ਚਿੰਨ੍ਹ ਲੈਣ ਆਪਣਾ। ਚਲੋ ਜੀ, ਬਾਬਾ ਜੀ ਕਰੋ ਸਨਮਾਨ। ਹਾਂਜੀ, ਸੋ ਮੈਂ ਗੁਜ਼ਾਰਿਸ਼ ਕਰਾਂਗਾ ਮਿਸ ਰਮਨ ਅਤੇ ਮਿਸ ਜੋਤੀ ਫੋਟੋ ਕਰਦੇ। ਸੋ ਮਿਸ ਰਮਨ, ਉਹਨਾਂ ਦਾ ਵੀ ਸਨਮਾਨ ਜਿਹੜਾ ਬਾਬਾ ਜੀ। ਸੋ ਬਾਬਾ ਮੰਗਾ ਜੀ, ਉਹ ਵੀ ਆਉਣ, ਉਹਨਾਂ ਦਾ ਸਨਮਾਨ ਜਿਹੜਾ। ਬਾਬਾ ਲਖਵਿੰਦਰ ਸ਼ਾਹ ਆਪਣੇ ਸ਼ਾਗਿਰਦ ਜੀ ਦਾ ਸਨਮਾਨ ਵੀ ਕਰਨਗੇ, ਦੋ ਵੀ ਬਾਬਾ ਜੀ ਹਨ, ਦੋਵੇਂ ਬਾਬੇ।
ਮੈਨੂੰ। ਸੋ ਮੈਂ ਜਿੰਨੇ ਵੀ ਸਾਰੇ ਸੱਜਣ ਮੇਲਾ ਪ੍ਰਬੰਧਕ ਕਮੇਟੀ ਦੇ ਵਿੱਚ ਸਹਿਯੋਗ ਦਿੱਤਾ, ਜਿਹਨਾਂ ਸਾਰਿਆਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਸੋਡੀ ਸਾਊਂਡ ਬਹੁਤ ਵਧੀਆ ਜਿਹੜੇ ਆਪਰੇਟ ਕਰ ਰਹੇ ਆ, ਉਹਨਾਂ ਦੇ ਜਿਹੜੇ ਕੁਲਦੀਪ ਰੈਂਬੋ ਜੀ ਆਪਰੇਟਰ ਨੇ, ਉਹ ਵੀ ਬਹੁਤ ਵਧੀਆ ਜਿਹੜਾ ਆਪਰੇਟ ਕਰ ਰਿਹਾ। ਬਾਕੀ ਦਾ ਸਮਾਂ ਸਾਰਾ ਜਿਹੜਾ ਮੈਂ ਸੈਕਟਰੀ ਸਾਹਿਬ ਅਤੇ ਸ਼ਿੰਦਾ ਬਰਾੜ ਜੀ ਨੂੰ ਦੇਵਾਂਗਾ। ਅਤੇ ਸ਼ਿੰਦਾ ਬਰਾੜ ਜੀ ਕੱਢ ਦਿਓ ਆਟਣ, ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਸੀ ਬਾਬਾ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਨਮਾਨਿਤ ਕੀਤਾ ਕਲਾਕਾਰਾਂ ਦਾ। ਬਹੁਤ ਬਹੁਤ ਧੰਨਵਾਦ ਸਾਡੀ ਨਿਮਾਣੀ ਜੀ ਪਾਰਟੀ ਵੱਲੋਂ, ਮੇਲਾ ਮੇਲੇ ਦੀ ਟੀਮ ਵੱਲੋਂ। ਸੋ ਜ਼ਿਆਦਾ ਸਮਾਂ ਨਾ ਲਈਏ, ਜਨਾਬ ਛਿੰਦਾ ਬਰਾੜ ਮੈਡਮ ਕਰਨਪ੍ਰੀਤ ਜੀ, ਉਸ ਤੋਂ ਬਾਅਦ ਸਾਡੇ ਗੁਰਜੀਤ ਸਾਬੋ ਕੀ ਤਲਵੰਡੀ ਤੋਂ, ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆ ਦੋ ਗੀਤਾਂ ਨਾਲ। ਸਾਰਿਆਂ ਨੂੰ ਆਪਾਂ ਸੁਣ ਕੇ ਜਾਣਾ ਇਸੇ ਤਰ੍ਹਾਂ ਤੁਹਾਡੇ ਪਿਆਰ ਸਦਕਾ। ਸੋ ਆਓ ਜਨਾਬ ਛਿੰਦਾ ਬਰਾੜ ਜੀ। ਹਾਂ, ਕੋਈ ਨਹੀਂ ਕੋਈ ਨਹੀਂ, ਸਾਰੇ ਬਹੁਤ ਸਮਝਦਾਰ ਸੱਜਣ ਨੇ, ਹੁਣ ਵਾਲੇ ਮੁੰਡੇ ਵੀ ਬਹੁਤ ਸਿਆਣੇ ਬਣ ਗਏ, ਮੇਲਿਆਂ ਵਾਲੀ ਕੋਈ ਗੱਲ ਨਹੀਂ, ਸਮਝਦੇ ਇੱਕ ਦੂਜੇ ਦੀ ਗੱਲ ਨੂੰ। ਬਾਪੂ ਜੀ ਕੋਈ ਗੱਲ ਨਹੀਂ, ਪਿੱਛੇ ਬਾਪੂ ਜੀ ਬੈਠੇ ਆ, ਉਹ ਬੈਠੇ ਆ, ਉਹਨਾਂ ਨੂੰ ਦੱਸਦਾ ਨਹੀਂ, ਇਸ ਕਰਕੇ ਪ੍ਰੋਬਲਮ ਆਈ ਜਾਂਦੀ ਹੈ। ਲੋ ਗੱਲ ਆ ਜੀ ਜੇਠ ਦੀ, ਗੀਤ ਉਹੀ ਹੋਣਗੇ ਜੋ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣਦੇ ਹਾਂ, ਦਿਓਰ ਦਰਾਣੀ ਜੇਠ ਜਠਾਣੀ ਸੱਸ ਨੂੰਹ ਦੇ, ਕਿ ਮੇਰਾ ਗੀਤ ਸੁਣ ਕੇ ਕੋਈ ਦਗਾਣਾ ਸੁਣ ਕੇ ਕਿਸੇ ਭੈਣ ਨੂੰ ਇਹ ਨਹੀਂ ਵੀ ਸ਼ਰਮ ਮਹਿਸੂਸ ਹੋਊਗੀ ਅਤੇ ਉਹ ਛੱਡ ਕੇ ਘਰੇ ਜਾ ਵੜੂ। ਵੈਸੇ ਜੇ ਕਿਸੇ ਨੇ ਕੰਮ ਧੰਦੇ ਮਾਰੇ ਨੇ ਜਾਣਾ, ਉਹ ਗੱਲ ਵੱਖਰੀ ਹੈ। ਓਕੇ, ਲੋ ਗੱਲ ਹੈ ਜੇਠ ਦੀ, ਜੇਠ ਵਿਚਾਰਾ ਕਿੰਨਾ ਚਿਰ ਜੇਠ ਛੜਾ ਹੁੰਦਾ, ਜਿਵੇਂ ਮੈਂ ਇਹਨਾਂ ਦੇ ਘਰੇ ਹਾਂ, ਕਦੇ ਪਾਣੀ ਲਿਆਤਾ, ਕਦੇ ਜਵਾਕਾਂ ਨੂੰ ਸਕੂਲ ਛੱਡਿਆ, ਕਦੇ ਲਿਆ ਵਾਇਣ ਤੋਂ, ਇਹਨਾਂ ਨੇ ਭੂਤ ਨਹੀਂ ਭੁਲਾ ਰੱਖੀ ਹੈ। ਹਾਂ ਚਲੋ ਠੀਕ ਆ, ਛੜੇ ਬਾਰੇ ਤਾਂ ਤੁਸੀਂ ਦੱਸਤਾ, ਪਰ ਤੁਹਾਨੂੰ ਇੱਕ ਪਤਾ ਹੈ ਕਿ ਮੇਰਾ ਭਰਾ ਵੀ ਨਾਲ ਆਇਆ, ਉਹਦੇ ਬਾਰੇ ਤੁਸੀਂ ਕੁਝ ਵੀ ਨਹੀਂ ਦੱਸਿਆ। ਇਹ ਸਾਰੇ ਮੇਰੇ ਭਰਾ ਖੜੇ, ਤੇਰਾ ਭਰਾ ਇਹਨਾਂ ਨੂੰ ਜ਼ਰੂਰ ਵਿਖਾਊਂਗਾ। ਆ ਇਹਦਾ ਭਰਾ ਬਾਈ ਜੀ, ਹਾਂਜੀ ਕਰ ਲਗੇ ਬਾਈ ਜੀ ਸਟਾਰਟ, ਫਿਰ ਆਪਾਂ ਕੋਈ ਨਹੀਂ। ਸਾਡੇ ਬਾਬਾ ਜੀ ਬੱਬੀ ਸ਼ਾਹ ਜੀ ਔਰ ਸਾਡੇ ਬਾਬਾ ਜੀ ਲਖਵਿੰਦਰ ਸ਼ਾਹ ਜੀ, ਇਹਨਾਂ ਵੱਲੋਂ ਬੇਅੰਤ ਮਾਇਆ ਆਈ ਹੈ, ਪੀਰ ਪਾਸ਼ਾ ਚੜ੍ਹਦੀ ਕਲਾ 'ਚ ਰੱਖੇ, ਦਾਤਾ ਰਹਿਮਤਾਂ ਦੇਵੇ। ਗੱਲ ਇਹਦੇ ਭਰਾ ਦੀ, ਇਹ ਬਾਈ ਜੀ ਦਾਤ 'ਚ ਮਿਲਿਆ ਸੀ ਮੈਨੂੰ, ਕਿਸੇ ਨੂੰ ਮੋਟਰਸਾਈਕਲ ਮਿਲਦਾ, ਕਿਸੇ ਨੂੰ ਅਲਮਾਰੀ ਮਿਲਦੀ ਹੈ, ਮੈਨੂੰ ਆ ਕਰੇਵਾ ਦਿੱਤਾ ਸੀ ਪੱਠੇ ਪਾਉਣ ਨੂੰ। ਹੁਣ ਇਹਦੇ ਰੰਗ ਦਾ ਅਤੇ ਇਹਦੇ ਰੰਗ ਦਾ ਫਰਕ ਵੇਖ ਲਓ ਕਿਵੇਂ ਪੈ ਗਿਆ। ਇਹ ਉਹਨਾਂ ਨੇ ਪੱਠੇ ਪਾਉਣ ਨੂੰ ਦਿੱਤਾ ਸੀ, ਇਹ ਸਟੇਜਾਂ 'ਤੇ ਲਿਆਉਣ ਲੱਗ ਗਿਆ ਨਾਲ, ਕਿਉਂਕਿ ਘਰੇ ਪਸ਼ੂ ਤਾਂ ਸਾਰੇ ਵੇਚਤੇ, ਪਰ ਹੁਣ ਕੰਮ ਤਾਂ ਕੋਈ ਲੈਣਾ ਹੀ ਹੈ ਬੰਦੇ ਤੋਂ। ਚੱਲ ਬੋਲੀ ਜਾਂਦੇ ਨੂੰ, ਕਿਉਂਕਿ ਇਹ ਦੋਨੇ ਜਦੋਂ ਹੋਏ ਸੀ ਰੌਲਾ ਪਾਉਂਦੇ ਆਏ ਸੀਗੇ, ਮੇਰੀ ਗੱਲ ਤਾਂ ਵਿਚਾਲੀ ਰਹਿ ਗਈ। ਉਹ ਮੋਢੇ ਉੱਤੇ ਚੱਕ ਕੇ ਭਤੀਜੇ ਤੇ ਭਤੀਜੀਆਂ ਤੇ ਹੱਟੀ ਉੱਤੋਂ ਲੈ ਕੇ ਦਿੰਦਾ ਰਹਿ ਗਿਆ
ਬਾਬਾ ਜੀ ਇੱਕ ਬੇਨਤੀ ਹੋਰ ਵੀ ਹੈ ਕਿ ਆ ਜਿਹੜੇ ਮੇਰੇ ਨਾਲ ਆਏ ਆ ਨਾ ਇਹਨਾਂ ਨੂੰ ਇੰਨਾ ਪੋਲਾ ਸਟੇਜ ਨਾਗਾਂ ਵਾਸਤੇ ਲਾ ਕੇ ਦਿਆ ਕਰੋ, ਇਹ ਪੋਲੇ ਥਾਂ 'ਚ ਰਹਿਣ ਵਾਲੇ ਹੈ ਨਹੀਂ ਗੇ, ਇਹ ਚਾਹ 'ਚ ਹੀ ਤੁਰੇ ਫਿਰਦੇ ਆਏ ਕਿ ਗੱਤਾ ਬਹੁਤ ਪੋਲਾ, ਤੁਸੀਂ ਟੈਕੇ ਬਹਿ ਜਾਓ ਤੁਹਾਡੇ ਚਲੂਣੇ ਲੜਦੇ ਆ, ਉਹ ਮੋਢੇ ਉੱਤੇ ਚੱਕ ਕੇ ਭਤੀਜੇ ਦੇ ਭਤੀਜੀਆਂ ਹੱਡੀ ਉੱਤੋਂ ਲੈ ਕੇ ਦਿੰਦਾ ਰਹਿ ਗਿਆ ਮੈਂ ਚੀਚੀਆਂ, ਨਾਲੇ ਚੁੱਲ੍ਹੇ ਵਿੱਚ ਚੁੱਲ੍ਹੇ ਵਿੱਚ ਚੁੱਲ੍ਹੇ ਵਿੱਚ ਝੋਕਾ ਵੀ ਵਡਾਉਂਦਾ ਹੁੰਦਾ ਸੀ ਨੀ, ਜੇਠ ਲੱਗਦਾ ਸੀ ਚੰਗਾ, ਟੋਫੀਆਂ ਜਵਾਕਾਂ ਨੂੰ ਖਵਾਉਂਦਾ ਹੁੰਦਾ ਸੀ ਨੀ ਭਾਜੀ ਲੱਗਦਾ ਸੀ ਚੰਗਾ, ਗੋਲ ਗੱਪੇ ਨਿਆਣਿਆਂ ਨੂੰ ਖਵਾਉਂਦਾ ਹੁੰਦਾ ਸੀ ਨੀ ਭਾਜੀ, ਚੰਦਰੇ ਮੈਂ ਜੇਠ ਦੀ ਸਤਾਈ ਬੜੀ ਹੋਈ ਆ, ਅੱਜ ਰਹਿਣੀ ਆ ਮੈਂ ਕੱਲ ਮੁਕਾ ਕੇ ਨੀ ਟੁੱਟ ਪੈਣਾ ਜੀੜ ਚੰਦਰਾ, ਨਿਤ ਪਾਲ ਦਲਸੀ ਚ ਖੰਡ ਪਾ ਕੇ ਨੀ ਟੁੱਟ ਪੈਣਾ ਜੀੜ ਚੰਦਰਾ, ਨਿਤ ਪਾਲ ਦਲਸੀ ਚ ਖੰਡ ਪਾ ਕੇ ਨੀ ਟੁੱਟ ਚੁਣਕੇ ਮੋੜਦਾ ਛੋਟਾ ਕੰਮ ਦਾ ਟੱਕਾ ਨੀ ਭਾਫੀ ਤੋੜਦਾ, ਤੜਕੇ ਖੇਤਾਂ ਚੁਣਕੇ ਮੋੜਦਾ ਛੋਟਾ ਕੰਮ ਦਾ ਟੱਕਾ ਨੀ ਭਾਫੀ ਤੋੜਦਾ, ਤੂੰ ਵੀ ਉੱਠਦੀ ਸੀ ਮੰਜੇ ਉੱਤੋਂ 11-12 ਵਜੇ, ਤੂੰ ਵੀ ਉੱਠਦੀ ਸੀ ਮੰਜੇ ਉੱਤੋਂ 12 ਵਜੇ ਪਾ ਕੇ ਕੱਪ ਵਿੱਚ ਕਦੇ ਕੌਲੇ ਚਾ, ਕੱਪ ਵਿੱਚ ਚਾਹ ਮੈਂ ਫੜਾਉਂਦਾ ਹੁੰਦਾ ਸੀ ਨੀ ਜੇਠ ਲੱਗਦਾ ਸੀ ਚੰਗਾ, ਧੋਵੀਆਂ ਜਵਾਕਾਂ ਨੂੰ ਖਵਾਉਂਦਾ ਹੁੰਦਾ ਸੀ ਨੀ ਜੇਠ ਲੱਗਦਾ ਸੀ ਚੰਗਾ, ਰੁੱਖੇ ਮਿੱਸੀ ਖਾਊਗਾ ਮੈਂ ਸੁੱਤੀਆਂ ਸੀ ਕਿੱਧਰ ਨੂੰ ਜਾਊਗਾ ਜਿਹੜੀ ਮਿਲਦੀ ਆ ਰੁੱਖੀ ਮਿੱਸੀ ਖਾਊਗਾ, ਚੁੱਪੜੀਆਂ ਮੰਗੇ ਨਾਲੇ ਦੋ ਦੋ ਦੇਵਾਂ, ਚੁੱਪੜੀਆਂ ਮੰਗੇ ਨਾਲੇ ਦੋ ਦੋ ਦੇਵਾਂ, ਦੱਸ ਕਿੱਥੋਂ ਦੇਵਾਂ ਕਿੱਥੋਂ ਦੇਵਾਂ, ਸੱਜਰੀਆਂ ਲਾ ਕੇ ਨੀ ਟੁੱਟ ਪੈਣਾ ਜੀੜ ਚੰਦਰਾ, ਦਲਸੀ ਚ ਖੰਡ ਪਾ ਕੇ ਨੀ ਟੁੱਟ ਪੈਣਾ ਜੀੜ ਚੰਦਰਾ, ਦਲਸੀ ਚ ਖੰਡ ਪਾ ਕੇ ਨੀ ਟੁੱਟ ਪੈਣਾ ਜੇ ਸੁਣਨੀ ਨੀ ਤੂੰ ਪੰਗਾ ਲੈ ਲਿਆ ਸਾਡੇ ਨਾਲ ਹੁਣਨੀ, ਖਰੀਆਂ ਸਣਾਵਾਂ ਬੈ ਕੇ ਸੁਣਨੀ ਨੀ ਤੂੰ ਪੰਗਾ ਲੈ ਲਿਆ ਸਾਡੇ ਨਾਲ ਹੁਣਨੀ, ਹਾੜ ਦੇ ਮਹੀਨੇ ਜਦੋਂ ਲਾਈਟ ਨਹੀਂ ਸੀ ਆਉਂਦੀ, ਹਾੜ ਦੇ ਮਹੀਨੇ ਜਦੋਂ ਲਾਈਟ ਨਹੀਂ ਸੀ ਆਉਂਦੀ, ਤੈਨੂੰ ਚੱਲ ਚੱਲ ਫੇਰ ਫੇਰ ਚੱਲ ਚੱਲ ਪੱਖੀਆਂ ਸਮਾਉਂਦਾ ਹੁੰਦਾ ਸੀ ਨੀ ਜੇਠ ਲੱਗਦਾ ਸੀ ਚੰਗਾ, ਗਰਮੀ ਚ ਕੁਲਫੀ ਖਵਾਉਂਦਾ ਹੁੰਦਾ ਸੀ ਨੀ ਭਾਜੀ ਲੱਗਦਾ ਸੀ
ਚੰਗਾ ਜਿਹਨੇ ਤਪੜੀ ਮੈਂ ਮਾਰਨੀ ਬਕਾ ਕੇਣੀ ਸਭ ਮਰੇ ਅਮਰੇ ਨਾ ਕਲੋ ਲਾ ਕੇ ਨੀ ਮੁੜ ਕੇ ਟਾਈਮ ਨਹੀਂ ਲੱਗਣਾ, ਲਗਾਤਾਰ ਲੱਗੇ ਰਹਾਂਗੇ ਫਿਰ ਜਿਹੜੇ ਇੱਕ ਦੋ ਸੁਣਾਉਣੇ ਆ। ਇਹ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਇਹਦੇ ਰੰਗ ਦਾ ਅਤੇ ਇਹਦੇ ਰੰਗ ਦਾ ਫਰਕ ਵੇਖ ਲਓ ਕਿਵੇਂ ਪੈ ਗਿਆ। ਆਹ ਥੋੜ੍ਹੀ ਜ਼ਿਆਦਾ ਚਿੱਟੀ ਜੀ ਹੋ ਗਈ, ਆਹ ਉਦੋਂ ਵੀ ਚਿੱਟਾ ਜਿਹਾ ਹੋ ਗਿਆ। ਜਦੋਂ ਇਹਦਾ ਜਨਮ ਹੋਇਆ ਉਦੋਂ ਪੋਹ ਮਾਘ ਸੀ, ਠੰਡ ਜੀ ਬਾਹਲੀ ਸੀ, ਬੁੜੀ ਦੁੱਧ ਵੀ ਪੀ ਗਈ ਗਰਮ ਕਰ ਕਰਕੇ। ਇਹ ਵਿਚਾਰਾ ਸਾਉਣ ਭਾਦੋ ਦੇ ਮਹੀਨੇ 'ਚ ਆ ਗਿਆ ਜਦੋਂ ਤਪਾੜ ਜਿਹਾ ਵਰਦਾ ਹੁੰਦਾ ਹੈ, ਗਰਮੀ ਬਾਹਲੀ ਸੀ, ਕੋਕਾ ਕੋਲਾ ਹੀ ਖਿੱਚੀ ਆਈ ਅਤੇ ਆ ਵੇਖ ਲਓ ਫਿਰ ਪੂਰੀ ਦੀ ਪੂਰੀ ਪੈਪਸੀ ਕੱਢਤੀ। ਲੋਕ ਕਾਲੇ ਰੰਗਾਂ 'ਚ ਵੀ ਬਹੁਤ ਗੁਣ ਹੁੰਦੇ ਆ। ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ, ਤੇ ਰੱਬਾ ਗੋਰੇ ਨੀ ਸਾਨੂੰ ਪਸੰਦ ਕਰਦੇ, ਜਾਦਾ ਕਾਲਿਆਂ ਨੂੰ ਰਜਮਾ ਰੂਪ ਦੇ ਦੇ। ਪ੍ਰਬੰਧ ਕਰਦੇ ਧਿਆਨ ਜਿੱਤਣਾ ਛਕਣ ਵੇ ਤੂੰ ਫੁੱਲੇ ਨਾ ਸਮਾਇਆ, ਮੈਂ ਕਿਹੜਾ ਭਾਬੀ ਇਹ ਨਹੀਂ ਗਾਜ ਨਹੀਂ ਦੀ ਡਲੀ। ਛੋਟੀ ਭੈਣ ਵੇਖੀ ਉਹਦੀ ਵੀਰ ਦੇ ਵਿਆਹ 'ਚ,
ਛੋਟੀ ਭੈਣ ਵੇਖੀ ਉਹਦੇ ਵੀਰ ਦੇ ਵਿਆਹ ਚ ਤੂੰ ਇੱਕੋ ਜੀਆਂ ਦੱਸਦੇ ਸੀ ਭੈਣਾ ਨੀ ਮੁੱਲ ਪੈਂਦਾ ਨਖਰੇ ਦਾ ਰੰਗ ਦੋ ਸਿੰਘ ਦੱਸ ਲੈਣਾ ਨੀ ਮੁੱਲ ਪੈਂਦਾ ਨਖਰੇ ਦਾ ਰੰਗ ਦੋ ਆਪਾਂ ਕੀ ਦੱਸ ਲੈਣਾ ਮੁੱਲ ਪੈਂਦਾ ਨਖਰੇ ਦਾ ਹੱਸੀ ਜਾਂਦੀ ਸੀ ਸਦਾਈਆਂ ਵਾਂਗੂ ਕਾਲੀ ਵੇ ਦਿਓਰਾ ਤੇਰੀ ਮੰਗ ਚੰਦਰੀ ਜਾਮਣ ਦੇ ਰੰਗ ਤੋਂ ਵੀ ਕਾਲੀ ਵੇ ਦਿਓਰਾ ਤੇਰੀ ਮੰਗ ਸੁਣਿਆ ਜਾਮਣ ਦੇ ਰੰਗ ਤੋਂ ਵੀ ਕਾਲੀ ਕਰਦੇ ਨਾ ਠੱਗੀ ਜਿਹੜੇ ਹੁੰਦੇ ਮਾਂ ਜਾਏ ਨੀ ਕਾਲਾ ਗੋਰਾ ਰੰਗ ਭਾਬੀ ਰੱਬ ਨੇ ਬਣਾਏ ਨੀ ਕਰਦੇ ਨਾ ਠੱਗੀ ਜਿਹੜੇ ਹੁੰਦੇ ਮਾਂ ਜਾਏ ਨੀ ਕਾਲਾ ਗੋਰਾ ਰੰਗ ਭਾਬੀ ਰੱਬ ਨੇ ਬਣਾਏ ਨੀ ਮੈਂ ਕਿ ਸ਼ਰੀਕਣਾ ਦੀ ਮੱਚ ਜੁ ਤੂੰ ਦੂਰੇ ਸ਼ਰੀਕਣਾ ਦੀ ਮੱਚ ਜੋ ਤੰਦੂਰੀ ਜਦੋਂ ਤਵਾ ਤੇ ਭਰਾ ਜੁੜ ਭੈਣਾਂ ਨੇ ਮੁੱਲ ਪੈਂਦਾ ਨਖਰੇ ਨਾ ਕੀ ਆਦੀ ਤੇਰੀ ਭੈਣ ਭਾਬੀਏ ਕੀ ਆਦੀ ਨਖਰੇ ਤੋਂ ਕੀ ਲੈਣਾ ਨੀ ਮੁੱਲ ਪੈਂਦਾ ਸਰਪੰਚ ਜੀ ਕੋਈ ਗੱਲ ਨਹੀਂ ਜੀ ਚੋਣਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ ਵੀ ਕੋਈ ਅਕਾਲੀ ਦਲ ਵੀ ਖੜ੍ਹੇ ਆ ਵਿੱਚ ਕਾਂਗਰਸੀ ਵੀ ਖੜ੍ਹੇ ਆ ਕੋਈ ਮੇਰੇ ਵਰਗੇ ਝਾੜੂ ਵਾਲੇ ਵੀ ਹੈ
ਅਸੀਂ ਤਾਂ ਵੈਸੇ ਸਾਰੇ ਕਲਾਕਾਰਾਂ ਨੇ ਝਾੜੂ ਨੂੰ ਪਾਈਆਂ ਸੀਗਾ ਬਾਈ, ਕੋਈ ਸ਼ੱਕ ਨਹੀਂ, ਪਰ ਕੀ ਕਰਕੇ ਹੁਣ ਸਾਨੂੰ ਸਾਡਾ ਝਾੜੂ ਸਾਥੋਂ ਹੀ ਲੋਟ ਹੀ ਨਹੀਂ ਆਉਂਦਾ। ਸੱਚੀ ਗੱਲ ਆ ਬਾਈ, ਝਾੜੂ ਵਾਲੇ ਬਹੁਤ ਖੜੇ ਆ, ਗੁੱਸਾ ਵੀ ਕਈਆਂ ਬਾਈਆਂ ਨੂੰ ਲੱਗੂ, ਪਰ ਅਸੀਂ ਆਪ ਸਾਰੀ ਪਾਰਟੀ ਝਾੜੂ ਵਾਲਿਆਂ ਦੀ। ਪਰ ਕਾਲੀਆਂ ਨੂੰ ਪਤਾ ਨਹੀਂ ਕਿਉਂ ਇੰਨਾ ਨਜ਼ਾਰਾ ਸੀਗਾ, ਤੁਸੀਂ ਵੀ ਮਿਲਦੀ ਮੇਰੇ ਕਲਾਸ ਫੇਲ ਹੋ ਲੱਗਦੇ ਆ। ਸੱਚੀ ਗੱਲ ਆ ਜੀ, ਆਪਣੇ ਨਾਲ ਹੀ ਹੁੰਦੀ ਹੈ, ਪੱਕੀ ਗੱਲ ਹੈ। ਜਦੋਂ ਅਕਾਲੀ ਦਲ ਵਾਲਿਆਂ ਦੀ ਸਰਕਾਰ ਹੁੰਦੀ ਸੀ, ਉਹਨਾਂ ਦਾ ਪੰਚਾਇਤ ਮੈਂਬਰ ਵੀ ਸਿੱਧਾ ਹੀ ਜਾਂਦਾ ਸੀਗਾ ਜਾ ਕੇ, ਹਾਂਜੀ ਆਹ ਬੰਦਾ ਆਏ ਆ ਅਤੇ ਆਹ ਬੰਦਾ ਆਏ ਆ, ਅਤੇ ਬਸ ਛੱਡ ਦਿੰਦੇ ਸੀ। ਕਾਂਗਰਸੀਆਂ ਦਾ ਵੀ ਐਂ ਸੀ, ਛੜਾ ਲਿਆਉਂਦਾ ਸੀ। ਝਾੜੂ ਵਾਲਿਆਂ ਦੇ ਪੱਕੀ ਗੱਲ ਹੈ, ਮੈਂ ਤਾਂ ਸਾਡੀ ਗੱਲ ਕਰਦਾ, ਤੁਹਾਡੇ ਨਾਲ ਪਤਾ ਨਹੀਂ ਕੀ ਸਿਸਟਮ ਹੈ। ਪਹਿਲਾਂ ਤਾਂ ਚੌਂਕੀ ਥਾਣੇ ਵੜਦੇ ਹੀ ਨਹੀਂ, ਜੇ ਵੜ ਵੀ ਜਾਣ ਤਾਂ ਕੌਲਿਆਂ ਨਾਲ ਬਾਹਾਂ ਜਿਹੀਆਂ ਘਸਾਉਣੀਆਂ ਪੈਂਦੀਆਂ। ਹੁਣ ਯਾਰ ਕੀ ਕਹੀਏ ਯਾਰ ਇਹਨਾਂ, ਪੱਕੀ ਗੱਲ ਹੈ। ਪਰ ਮਾਨ ਸਾਹਿਬ ਨੂੰ ਵਾਰ ਵਾਰ ਬੇਨਤੀ ਕਰੀ ਜਾਂਦੇ, ਅੱਜ ਵੀ ਚੈਨਲ ਤੋਂ ਲਾਈਵ ਕਹਿਣੇ ਆ ਵੀ ਭਰਾਵਾ, ਜਿਹਨਾਂ ਨੇ ਜੁੱਤੀਆਂ ਤੜਾਈਆਂ ਉਹਨਾਂ ਵੰਨੀ ਵੀ ਵੇਖ ਲਾ, ਮਾੜਾ ਮੋਟਾ MLA ਹੋਰਾਂ ਨੂੰ ਵੀ ਸਮਝਾ ਲਾ ਵੀ ਥੱਲੇ ਵਾਲਿਆਂ ਵੰਨੀ ਵੀ ਨਿਗਾਹ ਮਾਰ ਲਓ। ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ 'ਚ, ਕਿਉਂ ਬਾਈ ਜੀ ਵੀ ਹੈ ਨਾ। ਹਾਂ ਕੋਈ ਗੱਲ ਨਹੀਂ, ਕਈ ਵਾਰ ਹੰਗਾਰਾ ਬੰਦਾ ਨਹੀਂ ਭਰਦਾ ਹੁੰਦਾ ਗਾ, ਸਾਰੇ ਨਹੀਂ ਕੁਝ, ਕਿਸੇ ਦੀ ਸਿਸਟਮ ਬਹੁਤ ਵਧੀਆ ਚੱਲੀ ਵੀ ਜਾਂਦਾ। ਜੇ ਪਾਰਟੀ ਆਪਣੀ ਤਾਂ ਆਪਣੀ ਰਹੂਗੀ, ਜਿੱਥੇ ਪੰਜ ਹੈ ਪੰਜਾਂ ਹੀ ਹੈ, ਪਰ ਥੋੜ੍ਹਾ ਬਹੁਤਾ ਤੁਹਾਡੇ ਰਾਹੀਂ ਮੈਸੇਜ ਜਾਊਗਾ, ਚਲੋ ਇੰਨਾ ਹੀ ਬਹੁਤ ਹੈ। ਲੋ ਗੱਲ ਆ ਸਰਪੰਚੀ ਦੀ, ਸਾਡੇ ਸੋਤਾ ਸਾਹਿਬ ਨੇ ਫਰਮਾਇਸ਼ ਕੀਤੀ ਹੈ ਸਰਪੰਚੀ ਦੀ, ਅਤੇ ਮੈਂ ਗੱਲ ਸਾਡੇ ਵਾਲਿਆਂ ਦੀ ਕਰਦਾ। ਇੱਕ ਆਹ ਬੈਠਾ, ਇੱਕ ਇੱਧਰ ਹੈ, ਇੱਕ ਉਹ ਖੜਾ। ਸਾਡੇ ਵੀ ਇਲੈਕਸ਼ਨ ਹੋਇਆ ਸੀ ਸਰਪੰਚੀ ਦਾ, ਫਿਰ ਜੋ ਇਹਨਾਂ ਨੇ ਸਾਡੇ ਨਾਲ ਕੀਤਾ, ਇਹਨਾਂ ਨੇ ਪਿੰਡ ਦੇ ਲੋਕ ਭੈਣ ਦੇ ਵੀਰੇ ਨਹੀਂ ਖਾ ਕੇ ਤਰ੍ਹਾਂ ਮੂਲੀਆਂ ਖੀਰੇ, ਖਬਰੇ ਕਿਹੜੇ ਗੱਲ ਤੋਂ ਵੀਰੇ ਵੋਟਾਂ ਕਿਉਂ ਨਾ ਪਾਈਆਂ ਨਹੀਂ, ਖਾਲੀ ਪੀਪਾ ਪਿਆ ਭੱਬ ਕੇ ਦੇਵੇ ਦਹਾਈਆਂ ਨਹੀਂ। ਲੋ ਗੱਲ ਹੈ ਬਾਈ ਜੀ, ਤੁਹਾਡੇ ਪਿੰਡਾਂ ਵਾਲੇ ਬੰਦੇ ਤਾਂ ਬਹੁਤ ਚੰਗੇ, ਕਿਉਂਕਿ ਅਸੀਂ ਮੇਲੇ ਚੋਂ ਨਿਕਲ ਕੇ ਵੀ ਜਾਣਾ ਚੰਗੇ ਕਹਿਣਾ ਪੈਣਾ। ਉਹ ਜਿਸ ਹਾਲ ਚਾੜਿਆ ਤੂੰ ਖੁਸ਼ ਹੈ, ਉਹ ਤੇਰਾ ਦਿਲ ਰਾਜੀ ਤੇ ਸਾਡਾ ਰੱਬ ਰਾਜ਼ੀ, ਨਾ ਫਿਕਰ ਕਰੀ ਬੇਫਿਕਰਾਂ ਦਾ, ਉਹ ਛੱਡ ਜਿੱਤਣ ਹਾਰਨ ਦੀ ਬਾਜ਼ੀ, ਅਸੀਂ ਹਾਰ ਗਏ ਤਾਂ ਕੀ ਹੋਇਆ, ਤੁਹਾਡੀ ਜਿੱਤ ਦੀ ਖੁਸ਼ੀ ਮਨਾ ਲਾਂਗੇ, ਚੱਲ ਐ ਸਵਾਰੀ ਤਾਂ ਭੁੱਲ ਹੋ ਗਈ ਤੇ ਕੁੰਡੀ ਮੁੜਦੀ ਵਾਰ ਨੂੰ ਪੁੱਤ ਪਾਲਾਂਗੇ, ਉਹ ਪੇਚਾ ਮੁੜਦੀ ਵਾਰ ਵੀ ਆਪਾਂ ਅੜਾਲਾਂਗੇ। ਮੇਰਾ ਚੋਣ ਨਿਸ਼ਾਨ ਸੀ ਕੈਂਚੀ ਭਾਬੀ, ਰਗੜ ਗਈ ਸਰਪੰਚ ਹੀ, ਰਗੜ ਗਈ ਸਰਪੰਚੀ, ਚੋਣ ਨਿਸ਼ਾਨ ਸੀ ਕੈਂਚੀ ਭਾਬੀ, ਰਗੜ ਗਈ ਸਰਪੰਚੀ, ਫਰੇ ਖੜਕਦਾ ਉਹ ਫਰੇ ਖੜਕਦਾ ਟੈਂਚੀ ਤੇ ਮੈਂ ਮਰ ਗਿਆ ਨੀ ਭਾਬੀ, ਉਹ ਕਾਫੀ ਕਰਦਾ ਖਰਚਾ ਫੇਰ ਵੀ ਹਰ ਗਿਆ ਨੀ ਭਾਬੀ, ਵਾਹ ਵਾਹ ਕਰਦਾ ਖਰਚਾ ਫੇਰ ਵੀ ਰਗੜ ਗਏ ਭਾਬੀ। ਤੇਰੇ ਨਾਲ ਹੋ ਗਿਆ ਧੋਖਾ ਵੀ ਤੂੰ ਖਰਚਾ ਕਰਾ ਕੇ ਚੁੱਕਾ, ਤੇਰੇ ਨਾਲ ਹੋ ਗਿਆ ਧੋਖਾ ਵੇ ਤੂੰ ਖਰਚਾ ਕਰਾ ਕੇ ਚੋਖਾ, ਤੇਰੇ ਨਾਲ ਹੋ ਗਿਆ ਧੋਖਾ ਵੇ ਤੂੰ ਖਰਚਾ।
ਲੋਕੀ ਕਰਕੇ ਕੰਮ ਅਨੋਖਾ, ਲੋਕੀ ਕਰਕੇ ਕੰਮ ਅਨੋਖਾ, ਦੇ ਕੇ ਚੋਰ ਭਲਾਈਆਂ ਵੇ, ਪੈਸੇ ਲੈ ਕੇ ਤੈਥੋਂ ਵੋਟਾਂ ਹੋਰ ਨੂੰ ਪਾਈਆਂ ਵੇ, ਪੈਸੇ ਲੈ ਕੇ ਤੈਥੋਂ ਵੋਟਾਂ ਹੋਰ ਨੂੰ ਪਾਈਆਂ ਵੇ, ਪੈਸੇ ਲੈ ਕੇ ਤੈਥੋਂ ਵੋਟਾਂ ਹੋਰ ਨੂੰ ਪਾਈਆਂ ਵੇ। ਲਓ ਜੀ, ਸਾਡੇ ਬਾਪੂ ਜੀ ਬੈਠੇ ਆ, ਪਿਤਾ ਸਮਾਨ ਬਜ਼ੁਰਗ, ਜਿੰਨਾ ਕੁ ਵੀ ਸਮਾਂ ਸਾਰਾ ਮਟੀਰੀਅਲ ਰਲਮਾ ਜਿਹਾ ਲੱਗ ਜਾਏ ਤਾਂ ਬਹੁਤ ਵਧੀਆ ਗੱਲ ਹੈ। ਲੋਕ ਤਾਂ ਇੱਥੇ ਇੱਕ ਸੱਚਾਈ ਵਾਲੀਆਂ ਗੱਲਾਂ ਹੁੰਦੀਆਂ ਜਾਉਂਦਾ ਵਸਦਾ ਹੈ। ਓਕੇ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਸਾਡੇ ਮੇਲਾ ਮੇਲੀਆਂ ਦੀ ਟੀਮ ਨੂੰ ਤੁਸੀਂ ਬੜਾ ਪਿਆਰ ਦਿੱਤਾ ਹੈ, ਤੁਹਾਡਾ ਸਹਿਯੋਗ ਚਾਹੀਦਾ ਹੈ ਕਿ ਜੇ ਤੁਸੀਂ ਮੇਲਾ ਮੇਲੀਆਂ ਨੂੰ ਪਿਆਰ ਕਰਦੇ ਰਹੋਗੇ ਤੇ ਅਸੀਂ ਕਲਾਕਾਰ ਵਧਾਈ ਜਾਵਾਂਗੇ। ਤੁਸੀਂ ਸਾਨੂੰ ਪਿਆਰ ਕਰੀ ਚੱਲੋ, ਅਸੀਂ ਆਏ ਕਿਹੜੇ, ਦੋ ਕਲਾਕਾਰ ਵਧਾ ਲਿਆ ਕਰਾਂਗੇ, ਤੁਹਾਨੂੰ ਗਿਫਟ 'ਚ ਦੇ ਦਿਆ ਕਰਾਂਗੇ, ਜਿਵੇਂ ਹੁਣ ਅਸੀਂ ਚਾਰ ਪੰਜ ਆ ਗਏ, ਦੋ ਹੋਰ ਲਿਆ ਆਉਂਦੀ ਵਾਰ ਨੂੰ।
ਰੱਖੇ ਪੀਰ ਪਾਤਸ਼ਾਹ ਸੁੱਖ। ਲਓ ਜੀ ਲੋਕ ਤਤ ਵਿੱਚ ਪਿੰਡ ਦੇ ਬੰਦੇ ਦੀ ਜੇ ਇੱਜ਼ਤ ਘੱਟ ਜਾਵੇ ਤੇ ਲੋੜ ਪਈ ਤੇ ਸੱਜਣ ਮਿੱਤਰ ਪਾਸਾ ਵੱਟ ਜਾਵੇ, ਉਹ ਚੌਂ ਜਣਿਆਂ ਵਿੱਚ ਪੈ ਜਾਵੇ ਇਕੱਲੇ ਨੂੰ ਘੇਰਾ ਬਈ, ਤੇ ਐਦੂ ਵੱਡਾ ਕਹਿਰ ਬੰਦੇ ਤੇ ਵਰਤੂ ਕਿਹੜਾ ਬਈ। ਲਓ ਜੀ ਹੋ ਵਿੱਚ ਪਿੰਡ ਦੇ ਬੰਦੇ ਦੀ ਜੇ ਇੱਜ਼ਤ ਘੱਟ ਜਾਵੇ ਲੋੜ ਪਈ ਤੇ ਸੱਜਣ ਮਿੱਤਰ ਪਾਸਾ ਵੱਟ ਜਾਵੇ। ਸਾਡੇ
ਬਾਈ ਜੀ ਦੀ ਫਰਮਾਇਸ਼ ਵੀ ਹੈ, ਪਰਦੇ 'ਚ ਰੱਖੂੰਗਾ ਕਿਉਂਕਿ ਚਲੋ ਠੇਸ ਲੱਗੀ ਹੁੰਦੀ ਹੈ ਉਹ ਗੱਲ ਵੱਖਰੀ ਹੈ। ਬਾਈ 100 ਰੁਪਇਆ ਮਾਣ ਸਨਮਾਨ ਵੀ ਕਰਕੇ ਗਿਆ, ਨਾਲ ਫਰਮਾਇਸ਼ ਵੀ ਕਰ ਗਿਆ, ਕਹਿੰਦਾ ਮੇਰਾ ਦਿਲ ਟੁੱਟਿਆ। ਮੈਂ ਕਿਹਾ ਅਸੀਂ ਵੀ ਪੀਰ ਪਾਤਸ਼ਾਹ ਦੇ ਮੂਹਰੇ ਅਰਦਾਸ ਕਰਦੇ ਵੀ ਆਉਂਦੇ ਮੇਲੇ ਤੋਂ ਪਹਿਲਾਂ ਪਹਿਲਾਂ ਇਹਦਾ ਦਿਲ ਜੁੜ ਜੇ। ਬੜਾ ਮਾਣ ਸਤਿਕਾਰ ਅਤੇ ਪਿਆਰ ਦਿੱਤਾ ਤੁਸੀਂ ਸਾਡੇ ਭਰਾ ਨੂੰ, ਬਾਈ ਧਰਮਪ੍ਰੀਤ ਨੂੰ, ਇਸ ਪਰਿਵਾਰ ਨੂੰ ਆਪਣੇ ਨਾਲ ਜੋੜ ਕੇ ਰੱਖਿਆ, ਸਾਨੂੰ ਬੜਾ ਮਾਣ ਸਤਿਕਾਰ ਦਿੱਤਾ ਤੁਸੀਂ। ਬਾਈ ਧਰਮਪ੍ਰੀਤ ਨੂੰ ਮਰ ਕੇ ਵੀ ਤੁਸੀਂ ਜਿਉਂਦਾ ਰੱਖੀ ਬੈਠੇ ਹੋ, ਤੁਹਾਡਾ ਦੇਣ ਕਿਤੇ ਦੇ ਨਹੀਂ ਸਕਦੇ। ਸਲੂਟ ਆ ਤੁਹਾਨੂੰ ਸਾਰਿਆਂ ਨੂੰ। ਲੋ ਸਾਡੇ ਬਾਈ ਜੀ ਦਾ 100 ਰੁਪਇਆ ਆਇਆ, ਉਹ ਹਾਜ਼ਮ ਕਰ ਲਗੇ। ਹੋਊਗਾ ਥੋੜ੍ਹਾ ਜਿਹਾ ਛੋਟਾ ਹੀ, ਜੇ ਸਿਫਾਰਿਸ਼ ਅੱਗੇ ਆਈ ਤਾਂ ਆਪਾਂ ਵੇਖਾਂਗੇ ਜਿਵੇਂ ਵੀ ਮਾਹੌਲ ਹੋਇਆ, ਪਰ ਉਸ ਤੋਂ ਪਹਿਲਾਂ ਸਾਡੇ ਬਾਈ ਜੀ ਗਮ ਚੋਰੇ ਛੱਡ ਕਰ ਦੇ ਨੂੰ ਦਲੇਰ ਵੇ, ਤੇਰੇ ਉੱਤੇ ਮੇਰੀ, ਮੇਰੇ ਉੱਤੇ ਤੇਰੀ ਮੇਰ ਵੇ। ਛੱਡ ਕਰ ਦਿਲ ਨੂੰ ਦਲੇਰ ਵੇ, ਤੇਰੇ ਉੱਤੇ ਮੇਰੀ, ਮੇਰੇ ਉੱਤੇ ਤੇਰੀ ਮੇਰ ਵੇ। ਮੋਤੀ ਹਜੂਆਂ ਦੇ ਸਾਡੇ ਨੈਣਾਂ ਵਿੱਚੋਂ ਵਿਛੋੜਾ ਨਹੀਂ ਕੋਈ ਰੋੜ ਸਕਦਾ। ਇੱਕ ਦੂਜੇ ਲਈ ਬਣਿਆ ਅਸੀਂ ਦੋਵੇਂ, ਨਾ ਸਾਨੂੰ ਕੋਈ ਵਿਛੋੜ ਸਕਦਾ। ਇੱਕ ਦੂਜੇ ਲਈ ਬਣਿਆ ਅਸੀਂ ਦੋਵੇਂ, ਨਾ ਸਾਨੂੰ ਕੋਈ ਵਿਛੋੜ ਸਕਦਾ। ਬਾਈ ਸਲੂਟ ਆ ਯਾਰ, ਤੈਨੂੰ ਸਲੂਟ ਆ ਤੈਨੂੰ। ਇੱਕ ਵਾਰੀ ਬਾਈ ਦੇ ਨਾਂ ਤੇ ਤਾੜੀ ਲਾ ਦਿਓ, ਕੋਠੇ ਵਾਲੇ ਦੇ ਨਾਂ ਤੇ। ਪਹਿਲਾਂ ਨੱਚਣ ਟੱਪਣ ਵਾਲੇ ਲਾਏ, ਸਾਹ ਲੈ ਪੁੱਤ ਹੋਏ, ਪਹਿਲਾਂ ਨੱਚਣ ਟੱਪਣ ਵਾਲੇ ਲਾਏ, ਬਾਈ ਨੇ ਟਸ ਤੋਂ ਮਸ ਨਹੀਂ ਕੀਤੀ, ਹੁਣ ਸਿਰ ਹਿਲਦਾ। ਪਜਾਮੇ ਤੇ ਬਟਨ ਲੱਗਿਆ ਹੈ ਨਾ ਜੀ। ਮੇਰੇ ਵੱਡੇ ਵੀਰ ਤੇ ਔਰ ਮੇਰੇ ਵੱਡੇ ਵੀਰ ਆ, ਇਹ ਫੈਨ ਹੈ ਬਾਈ ਧਰਮਪ੍ਰੀਤ ਤੇ। ਲਓ ਜੀ, ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਨੀ ਮੇਰੇ ਦਿਲਦਾਰ ਦੀਆਂ। ਆ ਜਾ ਮੈਡਮ ਨੀਚਾ।
ਲਿਓ ਸਾਡਾ ਕੱਢ ਦੇਖੇ ਆਲ ਮੁੰਡਿਆ, ਸਾਡੀ ਗੱਲ ਚੱਲੇ ਜਿਹਦੇ ਨਾਲ ਮੁੰਡਿਆ। ਸ਼ਰਬਤੀ ਅੱਖੀਆਂ ਨੇ ਮੇਰੇ ਦਿਲ ਧਾਰਦੀਆਂ, ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਨੇ ਮੇਰੇ ਦਿਲ ਧਾਰਦੀਆਂ। ਉੱਚੀ ਲੰਮੀ ਗੋਰਾ ਚਿੱਟਾ ਰੰਗ ਉਸ ਦਾ, ਨਸ਼ੇ ਚ ਡੁਬੋਇਆ ਅੰਗ ਅੰਗ ਉਸ ਦਾ। ਉੱਚੀ ਲੰਮੀ ਗੋਰਾ ਚਿੱਟਾ ਰੰਗ ਉਸ ਦਾ, ਨਸ਼ੇ ਚ ਡੁਬੋਇਆ ਅੰਗ ਅੰਗ ਉਸ ਦਾ। ਹੁੰਦੀਆਂ ਵੀ ਉਸ ਮੁੰਡਿਆਂ ਹਾਰਦੀਆਂ, ਉਹ ਕਾਲਜਾਂ ਸਕੂਲਾਂ ਵਿੱਚ ਹੁੰਦੀਆਂ ਵੀ ਉਸ ਮੁੰਡਿਆਂ ਹਾਰਦੀਆਂ। ਪਹਿਲਾਂ ਮੇਰਾ ਨਾਂ ਤੇ ਆਉਂਦੀ ਆ,
ਲੋ ਗੱਲ ਆ ਬਾਈ ਜੀ ਗੀਤ ਹੁੰਦੇ ਆ ਜਿਹੜੇ ਕਿਸੇ ਦੇ ਲਾ ਕੇ ਨਹੀਂ ਲਿਖੇ ਜਾਂਦੇ ਵੈਸੇ ਆਟੋਮੈਟਿਕ ਲੱਗ ਜਾਂਦਾ ਕਈ ਵਾਰੀ ਪਰ ਜੇ ਗੀਤਕਾਰ ਗੀਤ ਲਿਖਦਾ ਉਹ ਪਹਿਲਾਂ ਆਪਣੇ ਆਪ ਦੇ ਵਿੱਚ ਹੀ ਵਿਚਰਦਾ ਇਸ ਕਰਕੇ ਇੱਕ ਨਵਾਂ ਗੀਤ ਹੈ ਸਪਲੈਂਡਰ ਦਾ ਸਾਡੇ ਜਸ਼ਨ ਧਾਲੀਵਾਲ ਜੀ ਬਹੁਤ ਅੱਛੇ ਜਿਹੜੇ ਗਾਇਕ ਨੇ ਇਹਨਾਂ ਦੇ ਨਾਂ 'ਤੇ ਤਾੜੀ ਮਾਰ ਦਿਓ ਅਤੇ ਅਰਸ਼ ਧਾਲੀਵਾਲ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭੇਜਦੇ ਨੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭੇਜਿਆ ਔਰ ਨਾਲ ਹੀ ਫਰਮਾਇਸ਼ ਕਰਦੇ ਆ ਕਹਿੰਦੇ ਯਾਰ ਨੇ ਇੱਦਾਂ ਗੀਤ ਲਾ ਦਿਓ ਮੈਂ ਕਿਹੜਾ ਕਹਿੰਦੇ ਰੀਲਾਂ ਵਾਲੇ ਡੈੱਕ ਵਾਂਗੂ ਸੋਹਣੀਆਂ ਨੇ ਯਾਰ ਤਾਂ ਪੁਰਾਣੇ ਹੋ ਗਏ ਮੈਂ ਕਿਹਾ ਵੀਰੇ ਉਹ ਆਰਨੇਤ ਹੀ ਗਾਊਗਾ ਮਾਫ਼ੀ ਚਾਹੁੰਦੇ ਹਾਂ ਬਸ ਧਰਮਪ੍ਰੀਤ ਦੇ ਗੀਤ ਜ਼ਰੂਰ ਆਉਂਦੇ ਆ ਸਾਨੂੰ ਹੋਰ ਤਕਰੀਬਨ ਕਿਸੇ ਦੇ ਨਹੀਂ ਕਦੇ ਗਾਏ ਗਏ ਮਾਫ਼ੀ ਚਾਹੁੰਦੇ ਹਾਂ ਹਾਂਜੀ ਬਾਈ ਜੀ ਗੱਲ ਇਹ ਹੈ ਜੇ ਕੰਮ ਪੈ ਗਿਆ ਫਰਮਾਇਸ਼ਾਂ ਦੇ ਵਿੱਚ ਕੰਮ ਔਖਾ ਹੋ ਜੂ ਜਸ਼ਨ ਤੂੰ ਆਪ ਕਲਾਕਾਰ ਹੈ ਯਾਰ ਹਾਂ ਸਮਝ ਗਿਆ ਕਲਾਕਾਰ ਛੇਤੀ ਸਮਝ ਜਾਂਦਾ ਡਰਪੋਕ ਹੁੰਦੇ ਆ ਨਾ ਫਿਰ ਕਿਉਂਕਿ ਕਲਾਕਾਰ ਨੂੰ ਹਰ ਇੱਕ ਦਾ ਮਾਨ ਤਾਨ ਰੱਖਣਾ ਪੈਂਦਾ ਅਤੇ ਰੱਖਣਾ ਪੈਣਾ ਹੀ ਹੈ ਜਸ਼ਨ ਧਾਲੀਵਾਲ ਬਹੁਤ ਵਧੀਆ ਕਲਾਕਾਰ ਆ ਤੁਹਾਡੇ ਪਿੰਡ ਦਾ ਕਿਉਂਕਿ ਜੇ ਪਿੰਡ ਦੇ ਵਿੱਚੋਂ ਤੁਸੀਂ ਇਹਨੂੰ ਮਾਣ ਸਨਮਾਨ ਦਿਓਗੇ ਤਾਂ ਫਿਰ ਹੀ ਇਹ ਬਾਹਰ ਨਿਕਲੂਗਾ ਗੱਲ ਹੈ ਬਾਈ ਦੀ ਫਰਮਾਇਸ਼ ਕਰਕੇ ਗਿਆ ਬਲਕਾਰ ਨਖੀਲਾ ਜੀ ਦਾ ਕਿਉਂਕਿ ਬਾਈ ਜੀ ਮੈਨੂੰ ਚਿੱਟੇ ਵਾਲਿਆਂ ਤੋਂ ਅਤੇ ਪਸਤੌਲਾਂ ਵਾਲਿਆਂ ਤੋਂ ਬੜਾ ਡਰ ਲੱਗਦਾ ਹੈ ਸਹੀ ਗੱਲ ਹੈ ਯਾਰ ਅਤੇ ਜੇ ਗੱਲ ਪੈ ਗਈ ਸਿਫਾਰਿਸ਼ਾਂ ਦੇ ਵਿੱਚ ਅਤੇ ਫਿਰ ਕਿਉਂਕਿ ਟਾਈਮ ਵੀ ਕਲੱਲਾ ਜਿਹਾ ਹੋਇਆ ਪਿਆ ਅਤੇ ਜਿਹੜਾ ਮੇਰੇ ਨੇੜੇ ਸਿਫਾਰਿਸ਼ ਦਾ ਕਹਿਣ ਆਉਂਦਾ ਉਹਦੇ ਮੂੰਹ 'ਚੋਂ ਸੌਂਫ ਦੀ ਵਾਸ਼ਨਾ ਜੀ ਆਉਂਦੀ ਹੈ ਹਾਂ ਅਤੇ ਫਿਰ ਅਗਲਾ ਕਹਿ ਦੂਗਾ ਬਾਈ ਜੇ ਨਹੀਂ ਗਾਉਣਾ ਤਾਂ ਅਸੀਂ ਤਾਂ ਜਾਣ ਨਹੀਂ ਦਿੰਦੇਗੇ ਇਸ ਕਰਕੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ ਕੋਈ ਨਹੀਂ ਜਿੱਦੇ ਕਿਤੇ ਫਿਰ ਆਏ ਖੁੱਲ੍ਹੇ ਪੰਡਾਲ ਦੇ ਵਿੱਚ ਹੋਏ ਨਾ ਜਿੱਦੇ ਨਿਕਲਣ ਨੂੰ ਜਗ੍ਹਾ ਜੀ ਹੋਈ ਉੱਥੇ ਜਿਹੜੇ ਮਰਜ਼ੀ ਸੁਣ ਲਿਓ ਭਰਾਵੋ ਆ ਸਾਡੇ ਭੈਣ ਜੀ ਗੁਰਜੀਤ ਤਲਵੰਡੀ ਜੀ ਉਹ ਵੀ ਆਪਣੇ ਵਿੱਚ ਬੈਠੇ ਹੈ ਮੈਂ ਦੋ ਗੀਤ ਲਾ ਕੇ ਜਾਣ ਦੀ ਗੱਲ ਨਹੀਂ ਕਰਦਾ ਇੱਥੇ ਬੈਠੂੰਗਾ ਜਦੋਂ ਇੱਧਰੋਂ ਹੁਕਮ ਹੋਇਆ ਉਦੋਂ ਹੀ ਜਾਵਾਂਗੇ ਸਾਰੀ ਟੀਮ ਸਾਡੀ ਭੈਣ ਜੀ ਲਾਉਣਗੇ ਤੁਹਾਡੇ ਸਾਹਮਣੇ ਗੀਤ ਇੱਕ ਲਾਉਣ ਦੋ ਲਾਉਣ ਚਾਰ ਲਾਉਣ ਉਹ ਮੈਨੂੰ ਇਸ ਗੱਲ ਦਾ ਨਹੀਂ ਪਤਾ ਗਾ ਉਹ ਸੈਕਟਰੀ ਸਾਹਿਬ ਦੇ ਹੱਥ 'ਚ ਆ ਸਮਾਂ ਜਾਂ ਕਮੇਟੀ ਦੀ ਹੈ ਅਤੇ ਗੱਲ ਆ ਸਪਲੈਂਡਰ ਦੀ ਆਹ ਨਵਾਂ ਭਾਬੀਏ ਲਿਆਉਂਦਾ ਨਹੀਂ ਵੇਖੀ ਧੂੜਾਂ ਫਟਦਾ ਜਾਂਦਾ ਭਾਈ ਤੁਸੀਂ ਕਲਾਕਾਰ ਨਹੀਂ ਇਸੇ ਕਰਕੇ ਤੁਸੀਂ ਸਮਝੇ ਨਹੀਂ ਮੇਰੀ ਗੱਲ ਲੈ ਅਤੇ ਮੈਂ ਹੁਣ ਕੀ ਆ ਕੇ ਡਿਆ ਚਾਚਾ ਹੁਣ ਤਾਂ ਚਾਚਾ ਹੀ ਕਹਿਤਾ ਪਿੱਛੇ ਕੀ ਰਹਿ ਗਿਆ ਜਿੰਦ ਜਾਨਵਾਦੀ ਨਾਂ ਤੇਰੇ ਪਿੱਛੇ ਕੀ ਰਹਿ ਗਿਆ ਵੇ ਲੋ ਗੱਲ ਹੈ ਜੀ ਕੋਈ ਵਿਚਾਰਾ ਆਕਿਆ ਪਿਆ ਹੁੰਦਾ ਸਪਲੈਂਡਰ ਲਿਆ ਆਉਂਦਾ ਉਹਨੂੰ ਆਂਢ ਗੁਆਂਢ ਦੂਜੇ ਮੁੰਡੇ ਸਪਲੈਂਡਰ ਨਹੀਂ ਦਿੰਦੇ ਗੱਲ ਹੈ ਬਸ ਸ਼ੋਰਟਕੱਟ 'ਚ ਆਉਂਦੇ ਕਿਉਂਕਿ ਗੱਲਾਂ ਦਾ ਸਮਾਂ ਥੋੜ੍ਹਾ ਜਿਹਾ ਘੱਟ ਆਪਣੇ ਆ ਨਵਾਂ ਭਾਬੀਏ ਲਿਆਂਦਾ ਨੇ ਵੇਖੇ ਧੂੜਾਂ ਭਰਦਾ ਜਾਂਦਾ ਨਵਾਂ ਭਾਬੀਏ ਲਿਆਂਦਾ ਵੇਖੇ ਧੂੜਾਂ ਭਰਦਾ ਜਾਂਦਾ ਥੋੜਾ ਤੇਲ ਜਮਾਏ ਖਾਂਦਾ ਥੋੜਾ ਤੇਲ ਜਮਾਏ ਖਾਂਦਾ ਪਾਵਰਫੁੱਲ ਸਿਲੰਡਰ ਨਹੀਂ ਖੜਖੜ ਵੇਖਣ ਲੋਕੀ ਲਿਆਂਦਾ ਮੈਂ ਸਿਲੰਡਰ ਨਹੀਂ ਖੜਖੜ ਵੇਖਣ ਲੋਕੀ ਲਿਆਂਦਾ ਮੈਂ ਸਿਲੰਡਰ ਨਹੀਂ ਇਹ ਤਾਂ ਸੱਚੀ ਬੜਾ ਸੋਹਣਾ ਇਹਦਾ ਰੰਗ ਕਿਹੜਾ ਮਨਮੋਹਣਾ
ਰੋਜ਼ ਦਾ ਰੋਣਾ, ਰੋਜ਼ ਰੋਜ਼ ਦਾ ਰੋਣਾ ਤੈਨੂੰ ਹੁਣ ਬਤਾਈਆਂ ਵੇ। ਬਾਰਾ ਕਰਦੀ ਛੱਡਦੇ ਜੋਰਾ ਕਰੀ ਕਮਾਈਆਂ ਵੇ, ਤੂੰ ਬਾਰਾ ਕਰਦੀ ਛੱਡਦੇ ਜੋਰਾ ਕਰੀ ਕਮਾਈਆਂ ਵੇ, ਬਾਰਾ ਕਰਦੀ ਛੱਡਦੇ ਜੋਰਾ ਕਰੀ ਕਮਾਈਆਂ ਵੇ। ਹੈਲੋ, ਭਾਬੀ ਦਾ ਮਤਲਬ ਇਹ ਆ ਵੀ ਇਹ ਨਹੀਂ ਵੀ ਵਾਲਾਂ 'ਚ ਸਟੈਪ ਕੱਟ ਜੇ ਪਵਾ ਕੇ ਅਤੇ ਰੰਗ ਬਿਰੰਗੇ ਜੇ ਕਰਕੇ ਅਤੇ ਨੱਤੀਆਂ ਪਾ ਕੇ ਅਤੇ ਇੱਧਰ ਨੂੰ ਗੇੜਾ ਲਾ ਦੀ ਬਾਜ਼ਾਰ ਵਿੱਚ ਦੀ, ਉਹਦਾ ਮਤਲਬ ਇਹ ਆ ਵੀ ਮਗਰੇ ਦੇ ਇੱਕ ਰੇੜੀ ਜੀ ਲੱਗਦੀ ਹੁੰਦੀ ਆ, ਉਹ ਲਵਾ ਲਈ ਕਮਾਈ ਕਮੂਈ ਕਰਨੀ ਕਦੂ ਕਦੂ ਵੇਚ ਲਿਆ ਕਰੀ, ਗੱਲ ਉਹ ਹੈ। ਬਹੁਤ ਮਾਣ ਬਹੁਤ ਸਤਿਕਾਰ ਸਰੋਤਿਆਂ ਵੱਲੋਂ ਇਸ ਗੀਤ 'ਤੇ ਖੁਸ਼ ਹੋ ਕੇ ਆਇਆ। ਸੋ ਇੱਕ ਲੋਕ ਤੱਤ ਤੁਹਾਡੇ ਦਰਮਿਆਨ ਜਨਾਬ ਛਿੰਦਾ ਬਰਾੜ ਜੀ, ਉਸ ਤੋਂ ਬਾਅਦ ਗੁਰਜੀਤ ਤਲਵੰਡੀ ਸਾਬੋ ਕੀ, ਉਹਨਾਂ ਨੇ ਦੋ ਗੀਤਾਂ ਨਾਲ ਤੁਹਾਡੀ ਸੇਵਾ ਕਰਨੀ ਹੈ। ਉਸ ਤੋਂ ਬਾਅਦ ਬਾਈ ਜੀ ਜੇ ਦਿੰਦੇ ਆ ਤਾਂ ਆਪਾਂ ਨੂੰ ਮਾੜਾ ਵੀ ਕੋਈ ਨਹੀਂ ਗਾ, ਪਲਿਆ ਪਲਿਆ ਜਵਾਕ ਕਰਮਾਂ 'ਚ ਹੋਰ ਕੀ ਹੈ। ਆਓ ਜੀ ਜਨਾਬ ਛਿੰਦਾ ਬਰਾੜ। ਮਾਸੀ ਬੰਨੀ ਝਾਕਲਾ ਚਾਚੇ ਬੰਨੀ ਕੀ ਵੇਣਾ। ਲਓ ਜੀ, ਕਰ ਨਹੀਂ ਸਕਦਾ ਨੌਕਰੀ ਅਫਸਰ ਕੱਚਾ ਕੰਨਾਂ ਦਾ, ਤੇ ਘਰ ਨਹੀਂ ਕਦੇ ਵਸਾਉਂਦਾ ਮਿੱਤਰੋ ਆਸ਼ਕ ਰੰਨਾਂ ਦਾ, ਉਹ
ਧੋਖਾ ਕਿੰਨਾ ਹੋਵੇ ਚਲਾਕ ਧੋਖਾ ਤਾਂ ਖਾ ਹੀ ਜਾਂਦਾ ਏ ਉਹ ਵੈਲੀ ਬੰਦਾ ਕਦੇ ਕਰ ਨਹੀਂ ਸਕਦਾ ਨੌਕਰੀ ਅਫਸਰ ਕੱਚਾ ਕੰਨਾ ਦਾ ਘਰ ਨੀ ਕਦੇ ਵਸਾਉਂਦਾ ਮਿੱਤਰੋ ਆਸ਼ਕ ਰੰਨਾ ਦਾ ਕਰ ਨਹੀਂ ਸਕਦਾ ਨੌਕਰੀ ਅਫਸਰ ਕੱਚਾ ਕੰਨਾ ਦਾ ਢਾਈਆ 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 ਠੋਕੋ ਢਾਈਆ ਵਸਾਉਂਦਾ ਮਿੱਤਰੋ ਆਸ਼ਕ ਰੰਨਾ ਦਾ ਕਾਂ ਕਿੰਨਾ ਹੋਵੇ ਚਲਾਕ ਉਹ ਕਿੰਨਾ ਹੋਵੇ ਚਲਾਕ ਧੋਖਾ ਤਾਂ ਖਾਈ ਜਾਂਦਾ ਏ ਵੈਲੀ ਬੰਦਾ ਕਦੇ ਝਾੜ ਥੱਲੇ ਆਈ ਜਾਂਦਾ ਏ ਉਹ ਵੈਲੀ ਬੰਦਾ ਕਦੇ ਝਾੜ ਥੱਲੇ ਆਈ ਜਾਂਦਾ ਹੈ ਤੱਪਣ ਨਹੀਂ ਦਿੰਦੇ ਪੁੱਤ ਬਗਾਨੇ ਡੱਬ ਚੋਂ ਮਿੱਤਰਾ ਕੱਢਣ ਨਹੀਂ ਦਿੰਦੇ ਉਹ ਪੁੱਤ ਬਗਾਨੇ ਡੱਬ ਚੋਂ ਮਿੱਤਰਾ ਕੱਢਣ ਨਹੀਂ ਦਿੰਦੇ ਆਈ ਜਾਂਦਾ ਏ ਉਹ ਵੈਲੀ ਬੰਦਾ ਕਦੇ ਝਾੜ ਥੱਲੇ